ਪੰਜਾਬ ਸਰਕਾਰ ਤੋਂ ਮੰਗ ਕਰਨਾ ਹੈ ਕਿ ਸਾਨੂੰ ਜਿਹੜਾ ਅਪੁਆਇੰਟਮੈਂਟ ਲੈਟਰ ਮਿਲਿਆ ਹੈ ਐਡਵਰਟੀਜ਼ਮੈਂਟ ਵਿੱਚ ਸ਼ਰਤਾਂ ਲਿਖੀਆਂ ਉਹ ਲਾਗੂ ਕਰ ਦਿਓ। ਅਸੀਂ ਇੱਕ ਵਾਰ ਵੀ ਨਹੀਂ ਕਿਹਾ ਸਾਡੀ ਤਨਖਾਹ 1 ਰੁਪਿਆ ਵਧਾ ਦਿਓ, ਸਾਨੂੰ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਅਪੁਆਇੰਟਮੈਂਟ ਲੈਟਰ, ਉਹਨਾਂ ਦੀ ਸ਼ਰਤਾਂ ਲਾਗੂ ਨਹੀਂ ਹੋ ਰਹੀਆਂ 11 ਸਾਲਾਂ ਤੋਂ। ਐਡਵਰਟੀਜ਼ਮੈਂਟ ਜਿਹੜੀ ਸ਼ਰਤਾਂ ਲਿਖੀਆਂ ਹੋਈਆਂ ਉਹ ਨਹੀਂ ਲਾਗੂ ਹੋ ਰਹੀਆਂ, ਅਸੀਂ ਕਹਿੰਦੇ ਉਹ ਲਾਗੂ ਕਰ ਦਿਓ। ਜੇਕਰ ਕਾਨੂੰਨ ਦੀ ਗੱਲ ਹੈ ਤਾਂ ਜਿਹੜੇ ਕਾਨੂੰਨ ਰਾਹੀਂ ਦੇਖੋ ਮੁੱਖ ਮੰਤਰੀ ਬਣਿਆ, ਵਿੱਤ ਮੰਤਰੀ ਬਣਿਆ, ਸਿੱਖਿਆ ਮੰਤਰੀ ਬਣਿਆ, ਅਸੀਂ ਕਹਿ ਦਈਏ ਵੀ 20 ਫਰਵਰੀ ਨੂੰ ਵੋਟਾਂ ਹੋਈਆਂ, 10 ਵਾਰ ਨੂੰ ਨਤੀਜਾ ਆਇਆ, ਅਸੀਂ ਮੁੱਖ ਮੰਤਰੀ 6 ਮਹੀਨੇ ਬਾਅਦ ਮੰਨਾਂਗੇ, ਕੀ ਉਹ ਜਾਇਜ਼ ਹੈ? ਅਸੀਂ ਕਹਿੰਦੇ ਕਿ ਜੇ ਸਾਨੂੰ ਸਮਾਂ ਚਾਹੀਦਾ ਤਾਂ ਸਮਾਂ ਕਿਸ ਚੀਜ਼ ਲਈ ਚਾਹੀਦਾ? ਸਮਾਂ ਮੰਗ ਮੰਗਣ ਲਈ ਚਾਹੀਦਾ, ਅਪੁਆਇੰਟਮੈਂਟ ਲੈਟਰ ਜਿਹੜਾ ਲਿਖਿਆ ਹੋਇਆ ਉਹਦੀ ਸ਼ਰਤਾਂ ਲਾਗੂ ਕਰਨ ਲਈ ਨਹੀਂ ਚਾਹੀਦਾ। ਪੇ ਕਮਿਸ਼ਨ ਸਾਡਾ ਸ਼ਰਤਾਂ ਰਾਹੀਂ ਬੰਦ ਹੈ ਜਿਹੜਾ ਕਿ ਇਹਨਾਂ ਨੇ ਸਾਨੂੰ ਕਾਨੂੰਨ ਪਹਿਲਾਂ ਦਿੱਤਾ ਹੋਇਆ ਹੈਗਾ, ਤਾਂ ਅਸੀਂ ਕਹਿੰਦੇ ਕਿ ਜਿਹੜਾ ਸਾਡੇ 'ਤੇ ਪੇ ਕਮਿਸ਼ਨ ਬੰਦ ਹੈ ਉਹਦੇ ਨਾਲ ਤਨਖਾਹ ਘੱਟਦੀ ਹੈ, ਘਟਾ ਲਓ, ਵੱਧਦੀ ਹੈ ਵਧਾ ਲਓ, ਪਰ ਸਾਡੇ 'ਤੇ ਸਾਡਾ ਬੰਦਾ ਹੱਕ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਸਿਵਲ ਸਰਵਿਸ ਰੂਲ ਪੰਜਾਬ ਲਾਗੂ ਕੀਤੇ ਜਾਣ ਅਤੇ ਅਪੁਆਇੰਟਮੈਂਟ ਲੈਟਰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਲਾਗੂ ਕੀਤੀਆਂ ਜਾਣ। ਜੇ ਲਾਗੂ ਕਰਨਗੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੇ, ਅਤੇ ਜੇ ਪੰਜਾਬ ਸਰਕਾਰ ਲਾਗੂ ਨਾ ਕਰੂਗੀ, ਸਮਾਂ ਲਾਊਗੀ, ਅਸੀਂ ਪੰਜਾਬ ਸਰਕਾਰ ਨੂੰ ਮੁੱਦਾਵਾਦ, ਅਸੀਂ ਜੇ ਮੁੱਖ ਮੰਤਰੀ ਨੂੰ ਮਿਲੇ, ਅਸੀਂ ਆਪਣੇ ਵਿੱਤ ਮੰਤਰੀ ਨੂੰ ਮਿਲੇ, ਅਸੀਂ ਆਪਣੇ ਐਜੂਕੇਸ਼ਨ ਮਿਨਿਸਟਰ ਨੂੰ ਮਿਲੇ, ਹਰੇਕ ਨੇ ਮੰਗ ਪੱਤਰ ਲੈ ਲਏ। ਅਸੀਂ ਇਲੈਕਸ਼ਨ ਤੋਂ ਪਹਿਲਾਂ ਮੈਨੀਫੈਸਟੋ ਦਿੱਤੇ ਸੀ, ਉਹਨਾਂ ਵਿੱਚ ਵੀ ਇਹਨਾਂ ਨੇ ਕਿਹਾ ਸੀ ਅਸੀਂ ਤੁਹਾਡੀ ਮੰਗ ਮੰਨਾਂਗੇ। ਅਨਮੋਲ ਗਗਨ ਜੀ ਚੰਡੀਗੜ੍ਹ ਸਾਡੇ ਧਰਨੇ ਵਿੱਚ ਕਹਿ ਕੇ ਆਏ ਸੀ ਤੁਹਾਡੀ ਗੱਲ ਜਾਇਜ਼ ਹੈ, ਅਸੀਂ ਆਉਣ ਸਾਰ ਤੁਹਾਡਾ ਕੰਮ ਕਰਾਂਗੇ, ਤਾਂ ਇਹ ਸਮਝ ਨਹੀਂ ਆਉਂਦੀ। ਜਿਵੇਂ ਕਈਆਂ ਦਾ ਸਵਾਲ ਆਉਂਦਾ ਹੈ ਸਮਾਂ ਚਾਹੀਦਾ, ਕੀ ਕਾਨੂੰਨ ਮੰਨਣ ਨੂੰ ਸਮਾਂ ਚਾਹੀਦਾ ਹੈਗਾ? ਅਸੀਂ ਜਮ੍ਹਾਂ ਨਹੀਂ ਕਹਿੰਦੇ ਸਾਡੀ ਮੰਗ ਮੰਨੋ, ਸਾਡੀ ਕੋਈ ਮੰਗ ਨਹੀਂ, ਅਸੀਂ ਡੌਂਗਾ ਲੈ ਕੇ ਭੀਖ ਮੰਗਣ ਨਹੀਂ ਆਏਗੇ, ਅਸੀਂ ਉਹਦੇ ਆਪਣੇ ਹੱਕ ਮੰਗਣ ਆਏ ਹਾਂ। ਜੇ ਸਾਡੇ ਹੱਕ ਬਣਦੇ ਆ ਤਾਂ ਦੇ ਦਿਓ, ਸਾਡੇ ਹੱਕ ਨਹੀਂ ਬਣਦੇ ਤੁਸੀਂ ਲਿਖ ਕੇ ਦੇ ਦਿਓ ਕਿ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ 'ਚ ਲਿਖਿਆ ਹੈਗਾ ਉਹ ਚੀਜ਼ਾਂ ਮਿਲ ਚੁੱਕੀਆਂ। ਕਿੰਨੇ ਕੰਪਿਊਟਰ ਤੁਸੀਂ ਦੇ? ਅਸੀਂ ਟੋਟਲੀ 7000 ਕੰਪਿਊਟਰ ਦੇ ਅਧਿਆਪਕ ਹੈਗੇ, ਜਿਹੜੇ ਕਿ 2011 ਤੋਂ ਸਰਕਾਰ ਦੇ ਰੋਲਦੇ ਆ। ਇੱਕ ਸਰਕਾਰ ਟੱਪ ਗਈ, ਉਹਨੇ ਨਹੀਂ ਕੰਮ ਕੀਤੇ, ਦੂਜੀ ਸਰਕਾਰ ਟੱਪ ਗਈ, ਉਹਨੇ ਨਹੀਂ ਕੰਮ ਕੀਤੇ, ਤੀਜੀ ਸਰਕਾਰ ਆਈ ਹੈ, ਉਮੀਦ ਹੈ ਕਿ ਇਹ ਟੱਪੂਗੀ ਨਹੀਂ ਤਾਂ ਕੰਪਿਊਟਰ ਦੇ ਅਧਿਆਪਕਾਂ ਦੇ ਕੰਮ ਕਰਕੇ ਜਾਓ। ਓਕੇ, ਅਜੇ ਤਾਂ ਮਹੀਨਾ ਹੋਇਆ ਕਿ ਉਹੀ ਸਰਕਾਰ ਕਹਿ ਰਹੀ ਹੈ ਵੀ ਇਹ ਥੋੜਾ ਟਾਈਮ ਦੇ ਦਿਓ ਤਾਂ ਵੇਟ ਕਰ ਸਕਦੇ ਹਾਂ। ਦੇਖੋ ਜੀ, ਉਹਦੇ ਕਤਲ ਹੋ ਗਿਆ, ਉਹਨੂੰ ਸਜ਼ਾ ਦਿਵਾਉਣ ਲਈ ਕਿੰਨੀ ਸਜ਼ਾ ਮੰਗਦੀ ਸਰਕਾਰ? ਸਾਡੇ ਤਨਖਾਹਾਂ ਸਾਡੇ ਕੋਲ ਬਥੇਰੀਆਂ, ਸਾਡੇ ਘਰ ਚੱਲੀ ਜਾਂਦੇ ਹੈਗੇ, ਅਸੀਂ ਤਨਖਾਹਾਂ ਵਧਾਉਣ ਲਈ ਜਮ੍ਹਾਂ ਨਹੀਂ ਆਏ, ਅਸੀਂ ਸਿਰਫ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਆਏ ਹਾਂ। ਕਾਨੂੰਨ ਦੀ ਪਾਲਣਾ ਕਰਵਾਉਣ ਲਈ ਪੰਜਾਬ ਸਰਕਾਰ ਕਹਿੰਦੇ ਸਾਨੂੰ ਕਿੰਨਾ ਸਮਾਂ ਚਾਹੀਦਾ, ਅਸੀਂ ਦੇਣ ਨੂੰ ਤਿਆਰ ਹਾਂ ਜੀ। ਅਵਤਾਰ ਸਿੰਘ ਹੈ ਜੀ, ਮੈਂ ਪ੍ਰੈਸ ਸਕੱਤਰ ਕੰਪਿਊਟਰ ਜਬ ਕਮੇਟੀ ਪੰਜਾਬ। ਸਾਡੀਆਂ ਜੋ ਇਹ ਲੰਬੇ ਸਮੇਂ ਤੋਂ ਮੰਗਾਂ ਨੇ, ਉਹ ਅਸੀਂ ਪਿਛਲੀਆਂ ਸਰਕਾਰਾਂ ਤੋਂ ਵੀ ਮੰਗਾਂ ਕਰਦੇ ਆ ਰਹੇ ਹਾਂ ਕਿ ਸਾਡੇ ਜੋ ਨੋਟੀਫਿਕੇਸ਼ਨ ਹੋਏ ਨੇ 2011 ਵਿੱਚ, ਸਾਨੂੰ ਮਾਣਯੋਗ ਰਾਜਪਾਲ ਜੀ ਨੇ ਆਪਣੇ ਹਰੇ ਪੈਨ ਦੇ ਨਾਲ ਇੱਕ ਨੋਟੀਫਿਕੇਸ਼ਨ ਨੇ ਸਾਈਨ ਕਰੇ ਸੀਗੇ ਕਿ ਜਿਹੜੇ ਕੰਪਿਊਟਰ ਅਧਿਆਪਕ ਨੇ ਉਹਨਾਂ ਨੂੰ ਪਿਕਚਰ ਸੋਸਾਇਟੀ ਦੇ ਅਧੀਨ ਰੈਗੂਲਰ ਕੀਤਾ ਜਾਂਦਾ ਹੈ ਅਤੇ ਸਿਵਲ ਸਰਵਿਸਿਜ਼ ਦੇ ਜਿਹੜੇ ਨਿਯਮ ਨੇ, ਬਣਦੇ ਨਿਯਮ ਉਹਨਾਂ 'ਤੇ ਲੱਗਣਗੇ, ਲਾਗੂ ਹੋਣਗੇ। ਪਰ ਉਸ ਤੋਂ ਬਾਅਦ ਸਰਕਾਰ ਨੇ ਜਿਹੜੇ ਆਪਣੇ ਵਾਅਦਾ ਖਿਲਾਫੀਆਂ ਕੀਤੀਆਂ, ਜੋ ਵਾਅਦੇ ਸੀ ਉਹਨਾਂ ਤੋਂ ਮੁੱਕਰੀ, ਸਮੇਂ ਸਮੇਂ ਸਾਰੀਆਂ ਸਰਕਾਰਾਂ ਮੁੱਕੇ, ਇੱਕ ਨਹੀਂ ਮੁੱਕਰੀ, ਸਭ ਮੁੱਕਰੇ। ਉਹਨਾਂ ਨੇ ਜੋ ਸਾਡੇ 'ਤੇ ਬਣਦੇ ਲਾਭ ਸੀ ਉਹ ਖੋਏ ਗਏ, ਸਾਡੇ ਕੋਲ ਜਿਹੜੀਆਂ ਛੁੱਟੀਆਂ ਸੀ ਉਹ ਖੋਈਆਂ ਗਈਆਂ, ਸਾਡੀਆਂ ਕਮਾਈ ਛੁੱਟੀਆਂ ਜਿਹੜੀਆਂ ਹਰੇਕ ਮੁਲਾਜ਼ਮ ਨੂੰ ਮਿਲਦੀਆਂ ਉਹ ਖੋਈਆਂ ਗਈਆਂ, ਹੌਲੀ ਹੌਲੀ ਇਹਨਾਂ ਨੇ ਸਭ ਤੋਂ ਖੋਲਿਆ ਸਾਰਾ ਕੁਛ। 5ਵਾਂ ਪੇ ਕਮਿਸ਼ਨ ਸਾਡੇ 'ਤੇ ਲਾਗੂ ਹੋਇਆ ਸੀਗਾ, ਉਹ ਵੀ ਅਸੀਂ ਲੜ ਕੇ ਲਿਆ ਸੀਗਾ, ਉਹ ਵੀ ਇਹਨਾਂ ਨੇ ਸਾਨੂੰ ਸਿੱਧੇ ਤੌਰ 'ਤੇ ਨਹੀਂ ਦਿੱਤਾ। ਤਾਂ ਜਿਵੇਂ ਸਾਨੂੰ 5ਵਾਂ ਪੇ ਕਮਿਸ਼ਨ ਲਿਆ ਅਸੀਂ ਲਿਆ ਸੀ, ਉਸੇ ਤਰ੍ਹਾਂ ਸਾਨੂੰ 6ਵਾਂ ਮੰਗਣਾ ਪੈ ਰਿਹਾ। ਤੋ ਜੋ ਕਿ ਬਹੁਤ ਹੀ ਨਾਕਾਮੀ ਆ ਸਰਕਾਰਾਂ ਦੀ, ਜਾਂ ਸਾਡੇ 'ਤੇ 5ਵਾਂ ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ 6ਵਾਂ ਕਿਉਂ ਨਹੀਂ? ਇਹ ਸਾਡਾ ਸਵਾਲ ਹੈ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ। ਸਾਡਾ ਇਹ ਸਵਾਲ ਹੈ ਕਿ ਜਦ 5ਵਾਂ ਲਾਗੂ ਹੋ ਸਕਦਾ ਤਾਂ 6ਵਾਂ ਕਿਉਂ ਨਹੀਂ ਹੋ ਪਾ ਰਿਹਾ? ਉਹਦੇ ਵਿੱਚ ਕੀ ਅੜਚਨ ਹੈ? ਕੀ ਕੋਈ ਕਾਨੂੰਨੀ ਅੜਚਨ ਹੈ? ਜੇ ਕੋਈ ਕਾਨੂੰਨੀ ਅੜਚਨਾ ਹੈਗੀਆਂ ਨੇ ਤਾਂ ਸਾਨੂੰ ਲਿਖਤੀ ਦਿੱਤੀਆਂ ਜਾਣ। ਅਤੇ ਖਜ਼ਾਨਾ ਮੰਤਰੀ ਜਿਹੜੇ ਨੇ ਉਹ ਵਾਰ ਵਾਰ ਪਿਛਲੇ ਸਰਕਾਰਾਂ ਵਿੱਚ ਉਹ ਵੀ ਕਹਿੰਦੇ ਰਹੇ ਸਾਡਾ ਖਜ਼ਾਨਾ ਖਾਲੀ ਹੈ ਜੀ, ਅਸੀਂ ਦੇ ਨਹੀਂ ਪਾ ਰਹੇ ਕੁਛ ਉਸ ਮੁਲਾਜ਼ਮਾਂ ਨੂੰ। ਚਲੋ ਉਹ ਲੰਘ ਗਏ ਨੇ, ਹੁਣ ਨਵੀਂ ਸਰਕਾਰ ਆਈ, ਸਾਨੂੰ ਇਹ ਤੋਂ ਬਹੁਤ ਆਸ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਤੇ ਸਾਡੇ 'ਤੇ ਜਿਹੜਾ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ। ਅਤੇ ਇਸ ਦੇ ਨਾਲ ਹੀ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਪੇ ਕਮਿਸ਼ਨ ਦੀ ਮਿਆਦ ਵਧਾਈ ਗਈ ਆ, ਪਹਿਲਾਂ ਪੇ ਕਮਿਸ਼ਨ ਦੀ ਮਿਆਦ ਜਿਹੜੀ ਸੀ ਉਹ ਖਤਮ ਹੋ ਚੁੱਕੀ ਸੀ ਅਤੇ ਮਾਣਯੋਗ ਰਾਜਪਾਲ ਜੀ ਨੇ ਉਹਦੀ ਮਿਆਦ 31 ਮਈ ਦੁਬਾਰਾ ਕੀਤੀ ਆ, ਵੀ 31 ਮਈ ਤੱਕ ਇਹ ਪੇ ਕਮਿਸ਼ਨ ਜਿਹੜਾ ਹੈਗਾ ਲਾਗੂ ਰਹੇਗਾ। ਉਹ ਜਦ ਤੱਕ 31 ਮਈ ਤੋਂ ਪਹਿਲਾਂ ਅਸੀਂ ਮੰਗ ਕਰਦੇ ਹਾਂ, ਸਾਡੇ ਕੋਲ ਸਮਾਂ ਘੱਟ ਹੈ। ਦੇਖੋ ਮਾਣਯੋਗ ਮੁੱਖ ਮੰਤਰੀ ਜੀ ਕਹਿ ਰਹੇ ਨੇ ਕਿ ਸਾਨੂੰ ਸਮਾਂ ਦਿਓ, ਸਾਨੂੰ ਵੀ ਪਤਾ ਹੈ ਵੀ 1 ਮਹੀਨਾ ਸਰਕਾਰ ਨੂੰ ਹੋਇਆ ਹੈ, ਕੋਈ ਜ਼ਿਆਦਾ ਸਮਾਂ ਨਹੀਂ ਹੋਇਆ। ਤੋ ਅਸੀਂ ਜਿਹੜੀ ਗੱਲਾਂ ਇੱਥੇ ਮੰਗ ਕਰ ਰਹੇ ਹਾਂ ਉਹ ਗੱਲ ਇਹੀ ਆ ਕਿ ਸਾਡੇ ਕੋਲ 31 ਮਈ ਤੱਕ ਦਾ ਸਮਾਂ ਹੈ, ਜੇ ਉਸ ਤੋਂ ਪਹਿਲਾਂ ਸਾਡੇ 'ਤੇ ਪੇ ਕਮਿਸ਼ਨ ਲਾਗੂ ਹੁੰਦਾ ਹੈ।